ਬਹੁਤ ਬਹੁਤ ਧੰਨਵਾਦ ਉਪਾਧਿਆਕ ਜੀ। ਅੱਜ ਸੋਸ਼ਲ ਜਸਟਿਸ ਮਿਨਿਸਟਰੀ ਦੀ ਜਿਹੜੀ ਗ੍ਰਾਂਟਸ ਦੀਆਂ ਮੰਗਾਂ ਦੀ, ਜਿਹੜੇ ਦਬੇ ਕੁਚਲੇ ਲੋਕ ਨੇ, ਪਛੜੇ ਹੋਏ ਲੋਕ ਨੇ, ਉਹਨਾਂ ਨੂੰ ਸਹਾਇਤਾ ਕਰਨ ਵਾਲੀ ਜਿਹੜੀ ਮਿਨਿਸਟਰੀ ਹੈ, ਉਹਦੇ 'ਤੇ ਅੱਜ ਬਹਿਸ ਹੈ। ਸਭ ਤੋਂ ਪਹਿਲਾਂ ਉਪਾਧਿਆਕ ਜੀ, ਮੈਂ ਕਹਿਣਾ ਚਾਹੂੰਗਾ ਕਿ ਜਿਹੜੀ ਗਰੀਬੀ ਹੈ, ਹਰੇਕ ਸਰਕਾਰ ਕਹਿੰਦੀ ਹੈ ਸਾਨੂੰ ਵੋਟਾਂ ਪਾਓ ਅਸੀਂ ਗਰੀਬੀ ਚੱਕ ਦਿਆਂਗੇ, ਗਰੀਬੀ ਚੱਕ ਦਿਆਂਗੇ। ਮੇਰੇ ਖਿਆਲ 'ਚ ਕੋਈ ਸਰਕਾਰ ਗਰੀਬੀ ਨਹੀਂ ਚੱਕ ਸਕਦੀ। ਜੇ ਗਰੀਬੀ ਹਟ ਸਕਦੀ ਹੈ ਤਾਂ ਐਜੂਕੇਸ਼ਨ ਨਾਲ ਹਟ ਸਕਦੀ ਹੈ। ਜੇ ਗਰੀਬਾਂ ਦੇ ਬੱਚੇ ਪੜ੍ਹਨਗੇ, ਉਹ ਆਪਣੇ ਘਰਾਂ ਦੀ ਗਰੀਬੀ ਚੱਕਣਗੇ ਅੱਗੇ ਜਾ ਕੇ। ਕਿਉਂਕਿ ਜਾਣ ਬੁੱਝ ਕੇ ਕਈ ਜਗ੍ਹਾ 'ਤੇ ਜਿਹੜੇ ਗਰੀਬ ਨੇ, ਪਛੜੇ ਹੋਏ ਨੇ, ਸ਼ਡਿਊਲ ਕਾਸਟ ਨੇ, ਉਹਨਾਂ ਦੇ ਬੱਚਿਆਂ ਨੂੰ ਗਰੀਬ ਰੱਖਿਆ ਜਾਂਦਾ, ਅਨਪੜ੍ਹ ਰੱਖਿਆ ਜਾਂਦਾ। ਕਿਉਂਕਿ ਉਹਨਾਂ ਨੂੰ ਪਤਾ ਹੈ ਲੀਡਰਾਂ ਨੂੰ ਕਿ ਜੇ ਬੱਚੇ ਪੜ੍ਹ ਗਏ ਤਾਂ ਇਹ ਵੱਡੇ ਅਫਸਰ ਬਣ ਜਾਣਗੇ, ਅਤੇ ਜੇ ਅਫਸਰ ਬਣ ਗਏ ਤਾਂ ਇਹ ਘਰਾਂ ਦੀਆਂ ਗਰੀਬੀਆਂ ਚੱਕ ਦੇਣਗੇ, ਅਤੇ ਜੇ ਘਰਾਂ ਦੀਆਂ ਗਰੀਬੀਆਂ ਚੱਕੀਆਂ ਗਈਆਂ ਤਾਂ ਫਿਰ ਲੀਡਰਾਂ ਦੇ ਮਹਿਲਾ ਮੂਹਰੇ ਅਤੇ ਇਹਨਾਂ ਦੇ ਘਰਾਂ ਮੂਹਰੇ ਫਿਰ ਤੜਕੀ ਤੜਕੀ ਅਰਜ਼ੀਆਂ ਹੱਥ 'ਚ ਫੜ ਕੇ ਲਾਈਨਾਂ 'ਚ ਕੌਣ ਖੜੂਗਾ? ਸੋ ਸਭ ਤੋਂ ਪਹਿਲਾਂ ਕੁਆਲਿਟੀ ਐਜੂਕੇਸ਼ਨ ਜੇ ਗਰੀਬਾਂ ਨੂੰ ਮਿਲ ਜੇ, ਉਹ ਗਰੀਬੀ ਆਪ ਹੀ ਚੱਕ ਦੇਣਗੇ। ਤਾਂ ਅਸੀਂ ਕਹਿੰਦੇ ਹਾਂ ਕਿ ਸਾਨੂੰ ਕੰਮ ਦਿਓ, ਸਾਡੇ ਦੋ ਹੱਥਾਂ ਨੂੰ ਕੰਮ ਦਿਓ, ਅਤੇ ਸਰਕਾਰਾਂ ਕਹਿੰਦੀਆਂ ਨੇ ਨਹੀਂ, ਝੋਲੀ ਅੱਡੋ, ਆਟਾ ਪਾਵਾਂਗੇ, ਇਹ 'ਚ ਦਾਲ ਪਾਵਾਂਗੇ। ਸੋ ਇਸ ਤਰ੍ਹਾਂ ਉਹਨਾਂ ਆਟਾ ਦਾਲ ਸਕੀਮਾਂ ਨੂੰ ਬਾਅਦ ਦੇ ਵਿੱਚ ਵੋਟਾਂ ਵੇਲੇ ਮਿਸਯੂਜ਼ ਕੀਤਾ ਜਾਂਦਾ। ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਵਿੱਚ ਸਰਕਾਰੀ ਸਕੂਲ ਸਟੈਂਡਰਡ ਦੇ ਬਣਾਤੇ, ਉੱਥੇ ਕੌਣ ਪੜ੍ਹਦੇ ਹੈ? ਝੁੱਗੀਆਂ ਝੋਪੜੀਆਂ ਵਾਲਿਆਂ ਦੇ ਬੱਚੇ ਉੱਥੇ ਕੌਣ ਪੜ੍ਹਦੇ ਹੈ? ਉੱਥੇ ਰਿਕਸ਼ੇ ਵਾਲਿਆਂ ਦੇ ਬੱਚੇ, ਗਰੀਬਾਂ ਦੇ ਬੱਚੇ। ਸੋ ਗਰੀਬਾਂ ਦੇ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਹੈ, ਅੱਜ ਦਿੱਲੀ ਦੇ ਵਿੱਚ ਸਰਕਾਰੀ ਸਕੂਲਾਂ ਦਾ ਰਿਜ਼ਲਟ 96% ਹੈ, ਪ੍ਰਾਈਵੇਟ ਸਕੂਲਾਂ ਦਾ ਰਿਜ਼ਲਟ 93% ਹੈ। 1,35,000 ਬੱਚਾ ਪਿਛਲੇ 5 ਸਾਲਾਂ 'ਚ ਪ੍ਰਾਈਵੇਟ 'ਚੋਂ ਹਟਾ ਕੇ ਮਾਪਿਆਂ ਨੇ ਸਰਕਾਰੀ ਸਕੂਲਾਂ ਦੇ ਵਿੱਚ ਲਾਤਾ, ਕਿਉਂਕਿ ਉਹਨਾਂ ਨੂੰ ਯਕੀਨ ਬਣ ਗਿਆ ਕਿ ਹਾਂ, ਇੱਥੇ ਕੁਆਲਿਟੀ ਐਜੂਕੇਸ਼ਨ ਮਿਲ ਸਕਦੀ ਹੈ। ਸੋ ਸਭ ਤੋਂ ਪਹਿਲਾਂ ਤਾਂ ਸਰਕਾਰੀ ਸਕੂਲ ਜਿੱਥੇ ਕਿ ਬੱਚੇ ਜਿਹੜੇ ਨੇ ਗਰੀਬਾਂ ਦੇ ਪੜ੍ਹਦੇ ਨੇ, ਉਹਨਾਂ ਦਾ ਜਿਹੜਾ ਸਟੈਂਡਰਡ ਹੈ, ਲੈਵਲ ਜਿਹੜਾ ਐਜੂਕੇਸ਼ਨ ਦਾ, ਉਹ ਉੱਪਰ ਕੀਤਾ ਜਾਵੇ। ਨਾਲ ਮਿਡ ਡੇ ਸਕੀਮ 'ਤੇ ਜਿਹੜੇ ਸਵੀਪਰ ਨੇ, ਮਿਡ ਡੇ ਸਕੀਮ ਵਾਲੇ ਜਿਹੜੇ ਮੁਲਾਜ਼ਮ ਨੇ ਅਤੇ ਸਵੀਪਰ ਨੇ, ਉਹ ਵੀ ਗਰੀਬ ਨੇ, ਉਹਨਾਂ ਨੂੰ 17-17 ਸੌ ਰੁਪਏ, 16-16 ਸੌ ਰੁਪਏ ਤਨਖਾਹ ਮਿਲਦੀ ਹੈ। ਕੱਚੇ ਰੱਖੇ ਹੋਏ ਨੇ, ਉਹਨਾਂ ਨੂੰ ਵੀ ਪੱਕੇ ਕਰਨ ਦਾ ਜਾਂ ਸੈਮੀ ਗੌਰਮੈਂਟ ਉਹਨਾਂ ਦਾ ਦਰਜਾ ਮਿਲੇ। ਨਾਲ ਮੈਂ ਇਹ ਵੀ ਕਹੂੰਗਾ ਕਿ ਪ੍ਰੀ ਮੈਟ੍ਰਿਕ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਹੜੀ ਹੈ, ਉਹਦਾ ਬਹੁਤ ਝਗੜਾ ਪੈਂਦਾ ਪੰਜਾਬ ਦੇ ਵਿੱਚ। ਸਾਡੇ ਕੋਲ ਹਰ ਰੋਜ਼ ਬੱਚੇ ਆਉਂਦੇ ਨੇ, ਮਾਪੇ ਆਉਂਦੇ ਨੇ, ਕਾਲਜਾਂ ਨੇ ਸਰਟੀਫਿਕੇਟ ਰੁੱਕ ਰੱਖੇ ਨੇ ਕਿ ਤੁਹਾਡਾ ਵਜ਼ੀਫਾ ਨਹੀਂ ਆਇਆ। ਪੰਜਾਬ ਸਰਕਾਰ ਕਹਿੰਦੀ ਹੈ ਸੈਂਟਰ ਤੋਂ ਨਹੀਂ ਆਇਆ, ਸੈਂਟਰ ਕਹਿੰਦਾ ਅਸੀਂ ਭੇਜਤਾ, ਪੰਜਾਬ ਨੇ ਕਿਤੇ ਹੋਰ ਵਰਤ ਲਿਆ। ਸੋ ਇਹ ਜਿਹੜਾ ਫਾਈਨੈਂਸ਼ੀਅਲ ਡਿਸਆਰਡਰ ਹੈ, ਉਹਨੂੰ ਵੀ ਸੋਸ਼ਲ ਜਸਟਿਸ ਮਿਨਿਸਟਰੀ ਜਿਹੜੀ ਹੈ ਉਹ ਚੈੱਕ ਕਰਦੀ ਰਵੇ। ਇੱਕ ਬਾਬਾ ਨਜ਼ਮੀ ਦੇ 4 ਲਾਈਨਾਂ ਨੇ ਕਿ ਸ਼ੀਸ਼ੇ ਉੱਤੇ ਧੂੜਾਂ ਜੰਮੀਆਂ, ਕੰਧਾਂ ਝਾੜੀ ਜਾਂਦੇ ਨੇ, ਕਿ ਗਰੀਬੀਆਂ ਵਿਹੜਿਆਂ ਬਸਤੀਆਂ 'ਚ ਨੇ, ਸਬਸਿਡੀਆਂ ਵੱਡਿਆਂ ਨੂੰ ਮਿਲਦੀਆਂ ਨੇ, ਸ਼ੀਸ਼ਿਆਂ ਉੱਤੇ ਧੂੜਾਂ ਜੰਮੀਆਂ, ਕੰਧਾਂ ਝਾੜੀ ਜਾਂਦੇ ਨੇ, ਜਿਲਦਾਂ ਸਾਂਭੀ ਜਾਂਦੇ ਨੇ, ਵਰਕੇ ਪਾੜੀ ਜਾਂਦੇ ਨੇ, ਜਿਉਂਦਿਆਂ ਦੇ ਗੱਲ ਲੀਰਾਂ ਲਾਮਕਣ ਕੋਈ ਪੁੱਛਦਾ ਨਹੀਂ, ਮਰਿਆਂ ਦੇ ਉੱਤੇ ਤਿੱਲੇ ਜੜੀਆਂ ਚਾਦਰਾਂ ਚਾੜੀ ਜਾਂਦੇ ਨੇ, ਉਹ ਉਹਨਾਂ ਦੇ ਵੀ ਤੁਸੀਂ ਮੰਤਰੀ, ਮੁੱਖ ਮੰਤਰੀ, ਪ੍ਰਧਾਨ ਮੰਤਰੀ ਹੋ, ਮੈਨੂੰ ਜਵਾਬ ਤਾਂ ਦਿਓ, ਜਿਹੜੇ ਦੀਵਾਲੀ ਵਾਲੇ ਦਿਨ ਵੀ ਦਿਹਾੜੀ ਜਾਂਦੇ ਨੇ। ਗਰੀਬ ਦੀ ਜਿਹੜੀ ਦੀਵਾਲੀ ਹੈ ਉਹ ਤਾਂ ਦਿਹਾੜੀ 'ਤੇ ਜਾ ਕੇ ਜਿਹੜੀਆਂ ਮਨਾਈ ਜਾਂਦੀ ਹੈ, ਉਹ ਤਾਂ ਜੇ ਨਹੀਂ ਜਾਊਗਾ ਤਾਂ ਚੁੱਲ੍ਹੇ 'ਚ ਅੱਗ ਨਹੀਂ ਮੱਚਣੀ। ਲਾਸਟ ਦੇ ਵਿੱਚ ਮੈਂ ਕਹਿਣਾ ਕਿ ਜਿਹੜੀਆਂ ਸਕੀਮਾਂ ਨੇ ਉਹਨਾਂ ਤੱਕ ਪਹੁੰਚਣੀਆਂ ਚਾਹੀਦੀਆਂ ਨੇ, ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਰੂਲ ਬਹੁਤ ਸਖਤ ਨੇ, ਜੇ ਇੱਕ ਵੀ ਥੋੜ੍ਹਾ ਜਿਹਾ ਵੀ ਜਿਹੜੀ ਕੰਧ ਆ ਉਹ ਇੱਟਾਂ ਦੀ ਬਣੀ ਹੋਵੇ, ਕਹਿੰਦੇ ਤੁਸੀਂ ਇਹਦੇ ਵਿੱਚ ਕੰਪਿਊਟਰ ਜਿਹੜਾ ਪਿਕ ਨਹੀਂ ਕਰਦਾ, ਉਹ ਕਹਿੰਦੇ ਜੀ ਤੁਹਾਡੇ ਗੈਸ ਸਿਲੰਡਰ ਨਹੀਂ ਹੋਣਾ ਚਾਹੀਦਾ, ਨਾਲੇ ਤਾਂ ਗੈਸ ਸਿਲੰਡਰ ਦੀ ਯੋਜਨਾ ਚਲਾ ਕੇ ਉਹਨਾਂ ਨੇ ਘਰੇ ਗੈਸ ਸਿਲੰਡਰ ਦੇ ਤੇ, ਪਰ ਨਾਲ ਦੀ ਨਾਲ ਫਿਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤੋਂ ਬਚ ਗਏ। ਆਖਿਰ ਦੇ ਵਿੱਚ ਇੱਕ ਬਹੁਤ ਹੀ ਇਨਕਲਾਬੀ ਕਵੀ ਸੰਤਰਾਮ ਉਦਾਸੀ ਹੋਏ ਨੇ, ਦਲਿਤ ਕਵੀ, ਮੇਰੇ ਆਪਣੇ ਹਲਕੇ ਰਾਏਸਰ ਤੋਂ ਨੇ, ਉਹਨਾਂ ਨੇ ਲਿਖਿਆ, ਉਹਨਾਂ ਨੇ ਲਿਖਿਆ ਕਿ ਮਾਂ ਧਰਤੀ ਹੈ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ, ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ, ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ, ਜਿੱਥੇ ਵਾਲ ਤਰਸਦੇ ਕੰਘੀਆਂ ਨੂੰ, ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ। ਡਾਕਟਰ ਸੰਘਮਿੱਤਰਾ